ਫਿਲਮ ਵਿੱਚ ਚਾਰ ਗਾਣੇ ਆ ਜੀ, ਤਿੰਨ ਰਿਲੀਜ਼ ਹੋ ਚੁੱਕੇ ਆ ਜੀ। ਨਿੰਜਾ ਵੀਰੇ ਨੇ ਗਾਇਆ ਜੀ ਜ਼ਿੰਦਗੀ, ਉਸ ਤੋਂ ਬਾਅਦ ਕਾਵਾਂ ਗਾਣਾ ਕਮਲ ਖਾਨ ਵੀਰੇ ਨੇ ਗਾਇਆ, ਫਿਰ ਉਸ ਤੋਂ ਬਾਅਦ ਅਮਾਨਤ ਟਾਈਟਲ ਸੌਂਗ ਰਿਲੀਜ਼ ਹੋਇਆ ਜੀ, ਕ੍ਰਿਸ਼ਨਾ ਬੀਰੂਆ ਨੇ ਗਾਇਆ ਜੀ ਇੱਕ ਗਾਣਾ, ਨਛੱਤਰ ਗਿੱਲ ਭਾਜੀ ਅਤੇ ਗੁਰਲੇਜ਼ ਅਖਤਰ ਜੀ ਉਹਨਾਂ ਦਾ ਇੱਕ ਗਾਣਾ ਜੀ ਫੋਕ ਸੌਂਗ, ਉਹ ਅਜੇ ਰਿਲੀਜ਼ ਹੋਣਾ ਜੀ। ਮੈਂ ਜੀ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਸਿਨੇਮੇ ਤੋਂ ਦੂਰ ਨਾ ਹੋਵੋ, ਸਿਨੇਮੇ 'ਚ ਵਧੀਆ ਫਿਲਮਾਂ ਵੀ ਬਣਦੀਆਂ ਅਤੇ ਵਧੀਆ ਫਿਲਮਾਂ ਨੂੰ ਹਮੇਸ਼ਾ ਸਪੋਰਟ ਕਰੋ, ਕਿਉਂਕਿ ਵਧੀਆ ਫਿਲਮਾਂ ਜਦੋਂ ਇੱਕ ਬਣ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨੂੰ ਜੇ ਸਪੋਰਟ ਕਰਾਂਗੇ ਤਾਂ ਹੀ ਉੱਦਾਂ ਦਾ ਸਿਨੇਮਾ ਹੋਰ ਬਣਦਾ, ਨਹੀਂ ਤਾਂ ਇੱਕ ਫਿਲਮ ਬਣਨ ਤੋਂ ਬਾਅਦ ਚਾਹੇ ਉਹ ਕਾਮੇਡੀ ਆ ਚਾਹੇ ਵਿਆਹ ਵਾਲੀ ਆ, ਉਸ ਤੋਂ ਬਾਅਦ 100 ਉੱਦਾਂ ਦੀਆਂ ਫਿਲਮਾਂ ਸ਼ੁਰੂ ਹੋ ਜਾਂਦੀਆਂ। ਸ਼ੂਟਿੰਗ ਕਿੱਥੇ ਕਿੱਥੇ ਹੋਈ ਜੀ? ਇਹਦੀ ਸ਼ੂਟਿੰਗ ਚੰਡੀਗੜ੍ਹ ਦੇ ਨੇੜੇ ਆਸ ਪਾਸ ਪਿੰਡ ਜੀ, ਉੱਥੇ ਕਮਾਲੀ ਸ਼ੂਟ ਹੋਇਆ, ਉਸ ਤੋਂ ਬਾਅਦ ਸੌਂਗ ਆ ਜੀ ਉਹ ਹਿਮਾਚਲ 'ਚ ਸ਼ੂਟ ਹੋਇਆ। ਜਿਹੜੇ ਫਿਲਮ ਤੁਸੀਂ ਸ਼ੂਟ ਕਰ ਰਹੇ ਸੀ ਉਸ ਟਾਈਮ ਕੋਈ ਬਹੁਤ ਜੀ, ਰੋਜ਼ ਹੀ ਬਹੁਤ ਚੀਜ਼ਾਂ, ਇੱਕ ਪਰਿਵਾਰ ਦੀ ਤਰ੍ਹਾਂ ਜਦੋਂ ਕੰਮ ਕਰਦੇ ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜੀ। ਫਿਲਮ ਦਾ ਕਾਫੀ ਸ਼ੂਟ ਜਿਹੜਾ ਉਹ 24 ਘੰਟੇ ਹੋਇਆ ਜੀ, ਜਿਹਦੇ ਵਿੱਚ ਸਾਨੂੰ ਕਈ ਵਾਰੀ ਹੱਸਦੇ ਖੇਡਦੇ ਹੁੰਦੇ ਸੀ ਕਿ ਇੱਕ ਦੋ ਵਾਰੀ ਨੇਹਾ ਦਾ ਬਲੱਡ ਘੱਟ ਗਿਆ ਸੀ ਤਾਂ ਇਹਨੂੰ ਪੁੱਛਦੇ ਰਹਿੰਦੇ ਜੀ ਤੇਰਾ ਬਲੱਡ ਬਲੁੱਡ ਤਾਂ ਨਹੀਂ ਘਟਿਆ ਘੁਟਿਆ, ਸੋ ਇੱਦਾਂ ਮਸਤੀ ਚੱਲਦੀ ਰਹਿੰਦੀ ਸਰ। ਮੇਰਾ ਨਾਮ ਨੇਹਾ ਪਵਾਰ ਹੈ ਅਤੇ ਅਮਾਨਤ ਫਿਲਮ ਇੱਕ ਬਹੁਤ ਹੀ ਸੋਹਣਾ ਕੋਨਸੈਪਟ ਡਿਫਰੈਂਟ ਫਿਲਮ ਹੈ ਜੋ 13 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਆ, ਤਾਂ ਕੈਰੈਕਟਰ ਮੇਰਾ ਬਹੁਤ ਹੀ ਖੂਬਸੂਰਤ ਹੈ, ਇੱਕ ਕੁੜੀ ਕਿਸੇ ਨੂੰ ਲੱਭ ਰਹੀ ਆ ਅਤੇ ਉਹ ਫਿਰ ਕਿਸ ਦੀ ਅਮਾਨਤ ਹੁੰਦੀ ਹੈ ਜਾਂ ਉਹ ਜਿਸ ਨੂੰ ਉਹ ਲੱਭ ਰਹੀ ਆ ਉਸ ਨੂੰ ਮਿਲਦਾ ਹੈ ਜਾਂ ਨਹੀਂ ਮਿਲਦਾ, ਉਹ ਸਾਰੀਆਂ ਚੀਜ਼ਾਂ ਤੁਹਾਨੂੰ 13 ਦਸੰਬਰ ਨੂੰ ਦੇਖ ਕੇ ਪਤਾ ਲੱਗਣਗੀਆਂ ਅਤੇ ਬਹੁਤ ਹੀ ਓਨੈਸਟ ਤਰੀਕੇ ਦੇ ਨਾਲ ਅਸੀਂ ਪੂਰੀ ਟੀਮ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਫਿਲਮ ਬਣਾਈ ਆ, ਤਾਂ ਤੁਹਾਡੇ ਪਿਆਰ ਔਰ ਸਪੋਰਟ ਦੀ ਸਾਨੂੰ ਲੋੜ ਹੈ ਤਾਂ ਜ਼ਰੂਰ ਵੇਖਿਓ। ਜਿੱਦਾਂ ਕਿ ਉਹਨਾਂ ਨੇ ਕਿਹਾ ਕਿ ਤੁਹਾਡੇ ਬਲੱਡ ਘੱਟ ਗਿਆ, ਮੇਰਾ ਐਕਚੁਅਲੀ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਮੇਚ ਤਾਂ ਉਸ ਵਕਤ ਗਰਮੀ ਜ਼ਿਆਦਾ ਹੁੰਦੀ ਆ, ਤਾਂ ਮੈਂ ਪਿੰਡ ਦੀ ਗਰਮੀ ਨਹੀਂ ਹਾਲੇ ਇੰਨੀ ਮਹਿਸੂਸ ਕੀਤੀ ਸੀ, ਤਾਂ ਉਹ ਮੇਰਾ ਥੋੜ੍ਹਾ ਫਸਟ ਐਕਸਪੀਰੀਅੰਸ ਸੀ, ਤਾਂ ਮੇਰਾ ਬਲੱਡ ਬਲੁੱਡ ਘੱਟ ਜਾਂਦਾ ਹੁੰਦਾ ਸੀ, ਬਟ ਫਿਰ ਵੀ ਆਪਾਂ ਪੂਰੇ ਜੋਸ਼ ਬਹੁਤ ਸੀ ਸਾਡੀ ਟੀਮ ਦੇ ਅੰਦਰ, ਆਪਾਂ ਸ਼ੂਟ ਕਰੀਦਾ ਸੀਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਨੇਹਾ ਪਵਾਰ ਅਤੇ ਅਮਾਨਤ ਫਿਲਮ ਰਿਲੀਜ਼ ਹੋ ਰਹੀ ਹੈ 13 ਦਸੰਬਰ ਨੂੰ, ਇੱਕ ਬਹੁਤ ਹੀ ਪਿਆਰੀ ਲਵ ਸਟੋਰੀ ਹੈ, ਬਹੁਤ ਹੀ ਡਿਫਰੈਂਟ ਹੈ ਬਾਕੀ ਫਿਲਮਸ ਤੋਂ, ਤਾਂ ਮੇਰਾ ਕੈਰੈਕਟਰ ਇੱਕ ਪਿੰਡ ਦੀ ਕੁੜੀ ਦਾ ਹੈ ਜੋ ਕਿਸੇ ਨੂੰ ਲੱਭ ਰਹੀ ਹੈ, ਉਸਦਾ ਫਤਿਹ ਗਵਾਚ ਗਿਆ ਹੈ, ਹੁਣ ਕਿਸ ਤਰੀਕੇ ਨਾਲ ਇੱਕ ਸਿੰਪਲ ਜਿਹਾ ਮੁੰਡਾ ਜੋ ਫੈਕਟਰੀ 'ਚ ਕੰਮ ਕਰਦਾ ਉਹਨੂੰ ਮਿਲਦਾ ਹੈ, ਉਹ ਉਸਦੀ ਮਦਦ ਕਰਦਾ ਹੈ, ਉਸਦਾ ਫਤਿਹ ਉਸਨੂੰ ਮਿਲਦਾ ਹੈ ਜਾਂ ਨਹੀਂ ਮਿਲਦਾ, ਜਾਂ ਫਿਰ ਇਹਨਾਂ ਦੋਨਾਂ 'ਚ ਪਿਆਰ ਹੁੰਦਾ ਹੈ ਜਾਂ ਨਹੀਂ ਹੁੰਦਾ, ਉਹ ਤੁਹਾਨੂੰ 13 ਦਸੰਬਰ ਨੂੰ ਪਤਾ ਲੱਗੇ। ਇਸ ਮੂਵੀ 'ਚ 4 ਗਾਣੇ ਨੇ, ਕੇਵੀ ਸਿੰਘ ਅਤੇ ਰਿੱਕੀ ਮਿਸ਼ਰਾ ਨੇ ਮਿਊਜ਼ਿਕ ਕੀਤਾ ਹੈ ਅਤੇ ਨਿੰਜਾ ਦਾ ਸੌਂਗ ਹੈ, ਨਛੱਤਰ ਗਿੱਲ ਗੁਰਲੇਜ਼ ਅਖਤਰ ਦਾ ਬੋਲੀਆਂ ਸੌਂਗ ਹੈ ਉਹ ਹੁਣੇ ਰਿਲੀਜ਼ ਹੋਣਾ ਹੈ, ਕ੍ਰਿਸ਼ਨਾ ਬੇਰੂਆ ਜੋ ਬਾਲੀਵੁੱਡ ਦੇ ਸਿੰਗਰ ਨੇ ਜਿਹਨਾਂ ਨੇ ਚੱਕ ਦੇ ਇੰਡੀਆ ਦਾ ਸੌਂਗ ਮੋਲਾ ਮੇਰੇ ਲੈ ਲੈ ਮੇਰੀ ਜਾਨ ਗਾਇਆ ਸੀ ਉਹ ਗਾਣਾ ਹੈ, ਕਾਵਾਂ ਵੇ ਕਾਵਾਂ ਗਾਇਆ ਹੈ ਕਮਲ ਖਾਨ ਨੇ, ਤਾਂ 4 ਸੌਂਗਸ ਨੇ। ਫਿਲਮ ਦੀ ਸ਼ੂਟਿੰਗ ਕਿੱਥੇ ਹੋਈ? ਇਹ ਚੰਡੀਗੜ੍ਹ ਦੇ ਲਾਗੇ ਪਿੰਡ ਹੈ ਕਮਾਲੀ, ਉੱਥੇ ਮੋਸਟਲੀ ਸ਼ੂਟ ਫਿਲਮ ਦਾ ਹੋਇਆ ਅਤੇ ਗਾਣੇ ਅਸੀਂ ਹਿਮਾਚਲ ਉਹਨਾਂ 'ਚ ਸ਼ੂਟ ਕੀਤੇ ਹੈ।
ਜੀ ਫਿਲਮ 'ਚ ਜਿੱਦਾਂ ਤੁਸੀਂ ਟ੍ਰੇਲਰ ਹੁਣੀ ਦੇਖਿਆ ਹੋਏਗਾ, ਫਿਲਮ 'ਚ ਨਵਾਂ ਹੀ ਦੇਖਣ ਨੂੰ ਮਿਲੇਗਾ। ਇੱਕ ਲਾਈਫ ਦੀ ਸਟੋਰੀ ਹੈ, ਇੱਕ ਕਿਰਦਾਰਾਂ ਦੀ ਸਟੋਰੀ ਹੈ, ਕੁਛ ਹਟਕੇ ਹੈ, ਇੱਕ ਲਵ ਸਟੋਰੀ ਹੈ ਜੋ ਮੈਨੂੰ ਲੱਗਦਾ ਹਾਲੇ ਤੱਕ ਸ਼ੋਅ ਨਹੀਂ ਹੋਈ ਹੈ ਇੰਡਸਟਰੀ ਦੇ ਵਿੱਚ, ਉਹੀ ਤੁਹਾਨੂੰ ਦੇਖਣ। ਮੈਂ ਬਸ ਇਹੀ ਕਹਿਣਾ ਚਾਹੂੰਗੀ, ਇਹ ਤੁਹਾਡੀ ਆਪਣੀ ਅਮਾਨਤ ਹੈ, 13 ਦਸੰਬਰ ਨੂੰ ਆ ਰਹੀ ਹੈ, ਤਾਂ ਜੇ ਤੁਸੀਂ ਚੰਗਾ ਸਿਨੇਮਾ ਦੇਖਣਾ ਪਸੰਦ ਕਰਦੇ ਹੋ ਤਾਂ 13 ਦਸੰਬਰ ਨੂੰ ਜ਼ਰੂਰ ਜਾਇਓ, ਤਾਂ ਫਿਲਮ ਨੂੰ ਸਪੋਰਟ ਕਰਿਓ।